ਸਸਿਕਾਲ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਇੱਕ ਨਵੇਂ ਤਰ੍ਹਾਂ ਦਾ ਐਕਸਪੈਰੀਮੈਂਟ ਕਰਨ ਲੱਗੇ ਆ ਜਿਹੜਾ ਕਿ ਛੇਤੀ ਤੁਹਾਨੂੰ ਕਰਕੇ ਬੋਲਦੇ ਆ ਜਾਓ ਆ ਪੀਜ਼ਾ ਬੇਸ ਆਪਾਂ ਲੈ ਗਏ ਆ ਇੱਕ ਤੇ ਇਹਨੂੰ ਪੀਜ਼ਾ ਬੇਸ ਨੂੰ ਜਿਹੜਾ ਨਾ ਮੈਂ ਸੈਂਟਰ ਦੇ ਵਿੱਚੋਂ ਕੱਟ ਲਿਆ ਉਹਦਾ ਆਪਾਂ ਵੀਡੀਓ ਨਹੀਂ ਬਣਾਈ ਕਟਿੰਗ ਦੀ ਇੱਕ ਆਖੋ ਇਹ ਮੈਂ ਪੀਜ਼ਾ ਬੇਸ ਲਿਆ ਜਿਹੜਾ ਬਰਾਊਨ ਲਿਆ ਆਟੇ ਦਾ ਤੇ ਇਹਨੂੰ ਸੈਂਟਰ ਦੇ ਵਿੱਚੋਂ ਆਪਾਂ ਕਟਿੰਗ ਕਰ ਲਿਆ ਤੇ ਇਹਦੇ ਪੀਜ਼ੇ ਦੀ ਆਪਾਂ ਤੁਹਾਨੂੰ ਅੱਜ ਗਾਰਲਿਕ ਬ੍ਰੈਡ ਬਣਾ ਕੇ ਦਿਖਾਉਂਦੇ ਹਾਂ ਤੇ ਵੀ ਕਿੱਦਾਂ ਪੀਜ਼ਾ ਬੇਸ ਦੀ ਵੀ ਗਾਰਲਿਕ ਬ੍ਰੈਡ ਬਣ ਸਕਦੀ ਆ ਤੇ ਆ ਜਾਓ ਆਪਾਂ ਗਾਰਲਿਕ ਬ੍ਰੈਡ ਬਣਾਉਣੀ ਸਟਾਰਟ ਕਰਦੇ ਹਾਂ ਇੱਕ ਕੋਲੀ ਦੇ ਵਿੱਚ ਆਪਾਂ ਮੱਖਣ ਲੈ ਲਿਆ ਮੱਖਣ ਨੂੰ ਗਰਮ ਕੀਤਾ ਜ਼ਿਆਦਾ ਤਾਂ ਕਰਕੇ ਰੰਗ ਇੱਦਾਂ ਦਾ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਥੋੜ੍ਹੀ ਜਿਹੀ ਨਾ ਆਹ ਸਾਡੇ ਕੋਲ ਚਿੱਲੀ ਫਲੇਕਸ ਹੈਗੇ ਆ ਜ਼ਿਆਦਾ ਨਹੀਂ ਚਿੱਲੀ ਫਲੇਕਸ ਪਾਉਣੇ ਤਾਂ ਮਿਰਚ ਲੱਗੂ ਮੁੜ ਕੇ ਜ਼ਿਆਦਾ ਥੋੜ੍ਹੇ ਜਿਹੇ ਚਿੱਲੀ ਫਲੇਕਸ ਪਾ ਲਏ ਚਿੱਲੀ ਫਲੇਕਸ ਤੋਂ ਬਾਅਦ ਆਪਾਂ ਇਹਦੇ ਵਿੱਚ ਓਰੀਗਾਨੋ ਪਾ ਲਾਂਗੇ ਜਿਹੜਾ ਕਿ ਆਪਾਂ ਪੀਜ਼ੇ ਦੇ ਵਿੱਚ ਯੂਜ਼ ਕਰਦੇ ਹਾਂ ਉਹ ਵੀ ਜ਼ਿਆਦਾ ਨਹੀਂ ਪਾਵਾਂਗੇ ਹਿਸਾਬ ਨਾਲ ਪਾਵਾਂਗੇ ਹਲੋ ਮੱਖਣ ਦੇ ਵਿੱਚ ਆਪਾਂ ਦੋਵੇਂ ਚੀਜ਼ਾਂ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆਹ ਸਾਡੇ ਕੋਲ ਬ੍ਰਸ਼ ਹੈਗਾ ਛੋਟਾ ਜਿਹਾ ਇਹਦੇ ਨਾਲ ਆ ਵੇਖੋ ਇੱਕ ਤੇ ਵੇਖਣ 'ਚ ਵੀ ਸੋਹਣਾ ਲੱਗੂਗਾ ਅਤੇ ਇਹਨਾਂ ਦਾ ਟੇਸਟ ਵੀ ਆਊਗਾ ਜਿਹੜੀ ਆਪਾਂ ਕਟਿੰਗ ਕੀਤੀ ਆ ਉਹਨਾਂ ਦੋਨਾਂ ਹਿੱਸਿਆਂ ਨੂੰ ਚੰਗੀ ਤਰ੍ਹਾਂ ਆਪਾਂ ਆ ਪੂਰਾ ਜਿਹੜਾ ਮੱਖਣ ਆ ਉਹ ਲਾ ਲੈਣਾ ਬ੍ਰਸ਼ ਦੇ ਨਾਲ ਵੇਖਣ ਦੇ ਵਿੱਚ ਕਿੱਡਾ ਵਧੀਆ ਲੱਗਦਾ ਪਿਆ ਮੱਖਣ ਸਾਡਾ ਲੱਗਦਾ ਥੋੜਾ ਪੈ ਗਿਆ ਤੇ ਆਪਾਂ ਮੱਖਣ ਥੋੜਾ ਹੋਰ ਲਾ ਲਾਂਗੇ ਮੱਖਣ ਅੱਧਾ ਥੋੜਾ ਪੈ ਗਿਆ ਆਪਾਂ ਥੋੜਾ ਹੋਰ ਮੱਖਣ ਮੈਲਟ ਕਰ ਲੈਂਦੇ ਲਓ ਜੀ ਮੱਖਣ ਆਪਾਂ ਥੋੜਾ ਹੋਰ ਮੈਲਟ ਕਰ ਲਿਆ ਤੇ ਇਹਨੂੰ ਆਪਾਂ ਦੂਜੇ ਪਾਸੇ ਲਾ ਲੈਣਾ ਮੱਖਣ ਵੱਲੋਂ ਆਪਾਂ ਕਮੀ ਨਹੀਂ ਰਹਿਣ ਦੇਣੀ ਕਿਉਂਕਿ ਜੇ ਬਣਾਉਣ ਲੱਗੇ ਹਾਂ ਤੇ ਵਧੀਆ ਤਰੀਕੇ ਨਾਲ ਬਣਾਵਾਂਗੇ ਆਪਣੇ ਵੱਲੋਂ ਕੋਸ਼ਿਸ਼ ਕਰਾਂਗੇ ਪੂਰੀ ਪੀਜ਼ੇ ਦੀ ਵੀ ਗਾਰਲਿਕ ਬ੍ਰੈਡ ਘਰ ਬਣਾ ਕੇ ਵੇਖਿਓ ਜ਼ਰੂਰ ਟਰਾਈ ਕਰਿਓ ਆਪਾਂ ਇਹ ਵੀਡੀਓ ਨੂੰ ਨਹੀਂ ਕਹਾਂਗੇ ਕਿ ਘਰ 'ਚ ਟਰਾਈ ਨਾ ਕਰਿਓ ਜ਼ਰੂਰ ਟਰਾਈ ਕਰਕੇ ਵੇਖਿਓ ਅਤੇ ਤੁਹਾਡੇ ਕੋਲ ਕਿੱਦਾਂ ਦੀ ਬਣਦੀ ਹੈ ਅਤੇ ਆਪਾਂ ਚੰਗੀ ਤਰ੍ਹਾਂ ਮੱਖਣ ਲਾ ਲਈਏ ਬਾਕੀ ਸਮਾਨ ਫਿਰ ਇਹਦੇ ਵਿੱਚ ਤੁਹਾਨੂੰ ਵਿਖਾਉਂਦੇ ਕੀ ਲਾਉਣਾ ਚਲੋ ਜੀ ਦੋਨੇ ਪਾਸੇ ਲਾ ਲਿਆ ਆਪਾਂ ਮੱਖਣ ਅਤੇ ਆਹ ਸਾਡੇ ਕੋਲ ਹੈਗੇ ਡੈਲ ਮੋਡ ਦੇ ਗ੍ਰੀਨ ਓਲਿਵ ਥੋੜ੍ਹੇ ਜਿਹੇ ਆਪਾਂ ਇਹਦੇ ਵਿੱਚ ਗ੍ਰੀਨ ਓਲਿਵ ਪਾਵਾਂਗੇ ਗ੍ਰੀਨ ਓਲਿਵ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਬਲੈਕ ਓਲਿਵ ਉਹ ਵੀ ਸਾਡੇ ਕੋਲ ਪਏ ਇਹਨੂੰ ਆਪਾਂ ਬੰਦ ਕਰਕੇ ਇੱਕ ਸਾਈਡ 'ਤੇ ਰੱਖ ਦਈਏ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬਲੈਕ ਓਲਿਵ ਬਾਅਦ ਆਪਾਂ ਇਹਦੇ ਵਿੱਚ ਜਾਲਾ ਪੈਨ ਨੂੰ ਪਾਵਾਂਗੇ ਖੁੱਲ ਗਿਆ ਢੱਕਣ ਇਹ ਆਪਾਂ ਜ਼ਿਆਦਾ ਨਹੀਂ ਪਾਵਾਂਗੇ ਇਹਦਾ ਥੋੜ੍ਹਾ ਜਿਹਾ ਟੇਸਟ ਖੱਟਾ ਮਿੱਠਾ ਜਿਹਾ ਹੁੰਦਾ ਹੁੰਦਾ ਹਿਸਾਬ ਨਾਲ ਪਾਵਾਂਗੇ ਲਓ ਜੀ ਤਿੰਨੇ ਚੀਜ਼ਾਂ ਆਪਾਂ ਇਹਦੇ ਵਿੱਚ ਪਾ ਲਈਆਂ ਗ੍ਰੀਨ ਓਲਿਵ ਬਲੈਕ ਓਲਿਵ ਅਤੇ ਜਲ ਪੀਨੋ ਅਤੇ ਹੁਣ ਲਾਸਟ 'ਤੇ ਇਹਦੇ ਵਿੱਚ ਵਾਰੀ ਹੈਗੀ ਆ ਹੁਣ ਆਪਾਂ ਇਹਨੂੰ ਪਹਿਲਾਂ ਚੁੱਕ ਕੇ ਜਿਹੜੀ ਸਾਡਾ ਗਾਰਲਿਕ ਬ੍ਰੈਡ ਦੀ ਇੱਕ ਪੀਸ ਹੈਗਾ ਉਹਨੂੰ ਚੁੱਕ ਕੇ ਜਾਲੀ 'ਤੇ ਰੱਖ ਲਾਂਗੇ ਜਾਲੀ 'ਤੇ ਰੱਖਣ ਤੋਂ ਬਾਅਦ ਇਹਦੇ ਉੱਤੇ ਆਪਾਂ ਚੰਗੀ ਤਰ੍ਹਾਂ ਚੀਜ਼ ਪਾਵਾਂਗੇ
ਕਿਉਂਕਿ ਚੀਜ਼ ਜੇ ਚੰਗੀ ਤਰ੍ਹਾਂ ਪਿਆ ਹੋਊਗਾ ਤੇ ਫੇਰ ਹੀ ਮਜ਼ਾ ਆਊਗਾ, ਚੀਜ਼ ਤੋਂ ਬਿਨਾਂ ਮਜ਼ਾ ਨਹੀਂ ਆਉਣਾ। ਮੋਜ਼ਰੇਲਾ ਚੀਜ਼ ਜਿਹੜਾ ਆਪਾਂ ਪੀਜ਼ੇ ਦੇ ਵਿੱਚ ਯੂਜ਼ ਕਰਦੇ ਹਾਂ ਉਹ ਇਹਦੇ ਵਿੱਚ ਪਾਵਾਂਗੇ। ਮੋਜ਼ਰੇਲਾ ਚੀਜ਼ ਪਾ ਲਿਆ ਆਪਾਂ, ਮੋਜ਼ਰੇਲਾ ਚੀਜ਼ ਪਾਉਣ ਤੋਂ ਬਾਅਦ ਜਿਹੜਾ ਉੱਪਰ ਵਾਲੀ ਇੱਕ ਹੈਗੀ ਆ ਇਹਦਾ ਪੀਸ, ਉਹਨੂੰ ਆਪਾਂ ਇਹਦੇ ਉੱਤੇ ਰੱਖ ਕੇ ਇਹਨੂੰ ਚੰਗੀ ਤਰ੍ਹਾਂ ਬੰਦ ਕਰ ਦਾਂਗੇ। ਇਹ ਆਪਾਂ ਪੀਜ਼ਾ ਬੇਸ ਜਿਹੜਾ ਸਾਡਾ ਉਹਦੀ ਗਾਰਲਿਕ ਬ੍ਰੈਡ ਬਣਾਉਂਦੇ ਪਏ ਹਾਂ, ਜਿਹੜਾ ਥੋੜ੍ਹਾ ਜਿਹਾ ਸਾਡੇ ਕੋਲ ਮੱਖਣ ਪਿਆ ਥੋੜ੍ਹਾ ਜਿਹਾ ਉੱਤੇ ਆਪਾਂ ਇਹਦੇ ਲਾ ਦਾਂਗੇ ਕਿ ਟੇਸਟ ਵਧੀਆ ਹੋਵੇ, ਬਾਹਰੋਂ ਵੀ ਥੋੜ੍ਹੀ ਕ੍ਰਿਸਪੀ ਹੋ ਜਾਵੇ। ਇਹ ਸਾਰਾ ਕੁਝ ਕਰਨ ਤੋਂ ਬਾਅਦ ਲਓ ਜੀ ਆਹ ਸਾਡੀ ਗਾਰਲਿਕ ਬ੍ਰੈਡ ਤਿਆਰ, ਅਜੇ ਹੋਈ ਨਹੀਂ ਪੂਰੀ, ਇਹਨੂੰ ਆਪਾਂ ਜਾ ਕੇ ਆਹ ਸਾਡੇ ਕੋਲ ਅਵਨ ਹੈ, ਅਵਨ ਨੂੰ ਆਪਾਂ ਪਹਿਲਾਂ ਸਟਾਰਟ ਕਰਤਾ ਸੀ ਕਿ ਗਰਮ ਹੋ ਜੇ ਅਤੇ ਚੰਗੀ ਤਰ੍ਹਾਂ ਆਪਾਂ ਇਹਨੂੰ ਅੱਗੇ ਕਰਕੇ ਰੱਖ ਦਾਂਗੇ। ਹੁਣ ਇਹਦਾ ਢੱਕਣ ਕਰ ਦਿੰਦੇ ਬੰਦ ਅਤੇ 5 ਤੋਂ 7 ਮਿੰਟ ਲਈ ਆਪਾਂ ਇਹਦੇ ਵਿੱਚ ਮਿੰਟ ਲਈ ਆਪਾਂ ਇਹਨੂੰ ਗਾਰਲਿਕ ਬ੍ਰੈਡ ਨੂੰ ਅਵਨ ਦੇ ਵਿੱਚ ਬੇਕ ਕਰਾਂਗੇ ਅਤੇ ਫਿਰ ਤੁਹਾਨੂੰ ਕੱਢ ਕੇ ਇਹਦੇ ਸਲਾਈਸ ਕਰਕੇ ਟੇਸਟ ਕਰਕੇ ਸਾਰਾ ਕੁਝ ਦਿਖਾਵਾਂਗੇ। ਅਤੇ ਤੁਸੀਂ ਵੀ ਜ਼ਰੂਰ ਆਪਣੇ ਘਰ 'ਚ ਐਕਸਪੈਰੀਮੈਂਟ ਕਰਕੇ ਦੇਖਿਓ ਇਹ ਵੀਡੀਓ ਕਿੱਦਾਂ ਦੀ ਲੱਗੀ, ਵੀਡੀਓ ਲਾਈਕ ਸ਼ੇਅਰ ਕਮੈਂਟ ਕਰਿਓ, ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਅਤੇ ਮਿਲਦੇ ਹਾਂ 5 ਮਿੰਟ ਬਾਅਦ। ਸਾਡੇ ਹੋ ਗਏ ਅਤੇ ਹੁਣ ਆਪਾਂ ਅਵਨ ਖੋਲ੍ਹ ਕੇ ਵੇਖਦੇ ਹਾਂ ਕਿ ਗਾਰਲਿਕ ਬ੍ਰੈਡ ਸਾਡੀ ਕਿੱਦਾਂ ਦੀ ਹੈ। ਆਹ ਉੱਪਰ ਅਸੀਂ ਮੱਖਣ ਲਾਇਆ ਸੀ, ਇਹ ਜ਼ਿਆਦਾ ਇਹਦਾ ਬਰਾਊਨ ਕਲਰ ਇਸ ਕਰਕੇ ਹੋਇਆ ਕਿਉਂਕਿ ਬ੍ਰੈਡ ਵੀ ਜਿਹੜੀ ਇਹਦੀ ਹੈਗੀ ਸੀ ਬਰਾਊਨ ਹੈਗੀ ਸੀ ਅਤੇ ਬੇਕ ਹੋ ਗਈ ਚੰਗੀ ਤਰ੍ਹਾਂ। ਅਤੇ ਆ ਜਾਓ ਹੁਣ ਆਪਾਂ ਇਹਦੀ ਕਟਿੰਗ ਕਰਦੇ ਹਾਂ। ਗਰਮਾ ਗਰਮਾ ਸਾਡੀ ਗਾਰਲਿਕ ਬ੍ਰੈਡ, ਗਰਮਾ ਗਰਮ ਗਾਰਲਿਕ ਬ੍ਰੈਡ ਸਾਡੀ ਬੇਕ ਹੋ ਕੇ ਤਿਆਰ ਹੋ ਗਈ ਆ। ਅਤੇ ਬਰਾਊਨ ਜ਼ਿਆਦਾ ਇਸ ਕਰਕੇ ਹੋ ਗਈ ਕਿਉਂਕਿ ਬ੍ਰੈਡ ਵੀ ਸਾਡੀ ਜਿਹੜੀ ਆਟੇ ਦੀ ਹੈਗੀ ਮੈਂ ਪੀਜ਼ਾ ਬੇਸ ਜਿਹੜਾ ਆਟੇ ਦਾ ਸੀ ਬਰਾਊਨ ਸੀ, ਇਸ ਕਰਕੇ ਜ਼ਿਆਦਾ ਇਹਦਾ ਡਾਰਕ ਕਲਰ ਹੋ ਗਿਆ ਥੋੜ੍ਹਾ, ਕੰਪਲੀਟ ਵੀ ਸਾਡੀ ਡਾਰਕ। ਅਤੇ ਆ ਜਾਓ ਆਪਾਂ ਇਹਦੇ ਸਲਾਈਸ ਕਰਦੇ ਹਾਂ, ਉੱਤੋਂ ਵੀ ਕਾਫੀ ਕ੍ਰਿਸਪੀ ਹੋ ਗਈ ਹੈ ਕਿਉਂਕਿ ਆਪਾਂ ਇਹਦੇ ਉੱਪਰ ਵੀ ਮੱਖਣ ਲਾਇਆ ਸੀ। ਪੀਸ ਇਹਦੇ ਆਪਾਂ ਕਰਾਂਗੇ ਜਿੱਦਾਂ ਆਪਾਂ ਗਾਰਲਿਕ ਬ੍ਰੈਡ ਦੇ ਖਾਂਦੇ ਹਾਂ ਉਸ ਤਰ੍ਹਾਂ ਦੇ। ਗਰਮ ਕਾਫੀ ਆ ਅਤੇ ਆਪਾਂ ਮਾੜੀ ਜੀ ਇਹਨੂੰ ਟੇਸਟ ਕਰਦੇ ਹਾਂ, ਬਹੁਤ ਕਾਮ ਹੈ ਇਹ। ਬਹੁਤ ਵਧੀਆ ਪੀਜ਼ਾ ਬੇਸ ਦੇ ਵੀ ਗਾਰਲਿਕ ਬ੍ਰੈਡ ਬਣ ਜਾਂਦੀ ਆ, ਜ਼ਰੂਰ ਇਹਨੂੰ ਟਰਾਈ ਕਰਿਓ। ਵੀਡੀਓ ਕਿੱਦਾਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ, ਚੈਨਲ ਸਬਸਕ੍ਰਾਈਬ ਕਰਿਓ। ਜਲਦੀ ਮਿਲਾਂਗੇ ਨਵੀਂ ਵੀਡੀਓ ਨਾਲ ਨਵੇਂ ਐਕਸਪੈਰੀਮੈਂਟ ਨਾਲ। ਬਾਏ ਬਾਏ।